फेमस रैपर एंड सिंगर बादशाह दी गल करिए तां बादशाह अपने गीतां नूं लै के अक्सर ही लाइमलाइट दे विच बने रहिंदे ने। उत्थे ही परसनल लाइफ नूं लै के वी ओह अक्सर ही सुर्खियां दे विच छा जांदे ने। हाल फिलहाल ही उन्हां ने अपनी बेटी दे नाल इक प्यारा जिहा वीडियो सांझा कीता जिस दे चलदे इक बार फिर तों खबरां दा हिस्सा बन गए। गायक रैपर बादशाह ने अपनी धी जैज़ी ग्रेस मही सिंह दी एक वीडियो सोशल मीडिया ते शेयर कीती है। ये पहली बार है जदों बादशाह ने अपनी बेटी दा वीडियो फैंस दे नाल साझा कीता है। वीडियो दे विच रैपर दी बेटी जैज़ी वी रैप करती नजर आ रही है। वीडियो विच बादशाह अपनी बेटी जैज़ी नूं स्वैग्स खोंदे नजर आ रहे ने। जैज़ी उहनां दे नाल क्यूट अंदाज दे विच रैप कर रही है अते ओह कहिंदी है मैं हां जैज़मी अते तुसीं मैनूं यूट्यूब ते देख रहे हो। इस दौरान जैज़ी काले रंग दी स्वैटशर्ट दे विच नजर आ रही है। दस दईए कि रैपर बादशाह ने जनवरी 2012 ਦੇ ਵਿੱਚ ਜੈਸਮੀਨ ਮਸੀਹ ਦੇ ਨਾਲ ਵਿਆਹ ਕੀਤਾ ਸੀ। ਵਿਆਹ ਦੇ 5 ਸਾਲ ਬਾਅਦ ਉਹਨਾਂ ਨੇ ਆਪਣੇ ਘਰ ਦੇ ਵਿੱਚ ਇੱਕ ਬੇਟੀ ਦਾ ਸਵਾਗਤ ਕੀਤਾ। ਸਭ ਕੁਝ ਠੀਕ ਸੀ ਪਰ ਸਮਾਂ ਬਦਲਿਆ ਅਤੇ ਮਾਮਲਾ ਤਲਾਕ ਤੱਕ ਪਹੁੰਚ ਗਿਆ। ਬਾਦਸ਼ਾਹ ਨੇ ਇੱਕ ਪੋਡਕਾਸਟ ਦੇ ਵਿੱਚ ਇਸ ਬਾਰੇ ਖੁਲਾਸਾ ਕੀਤਾ ਸੀ। ਉਹਨਾਂ ਨੇ ਕਿਹਾ ਅਸੀਂ ਦੋਵਾਂ ਨੇ ਇਸ ਰਿਸ਼ਤੇ ਨੂੰ ਬਚਾਉਣ ਲਈ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਚੀਜ਼ਾਂ ਸਹੀ ਨਹੀਂ ਹੋਈਆਂ ਤੇ ਅਸੀਂ ਵੱਖ ਹੋ ਗਏ ਕਿਉਂਕਿ ਇਹ ਰਿਸ਼ਤਾ ਸਾਡੇ ਬੱਚੇ ਦੇ ਲਈ ਹੈਲਦੀ ਨਹੀਂ ਸੀ। ਆਪਣੀ ਬੇਟੀ ਦਾ ਜ਼ਿਕਰ ਕਰਦੇ ਹੋਏ ਬਾਦਸ਼ਾਹ ਨੇ ਕਿਹਾ ਸੀ ਕਿ ਮੈਨੂੰ ਆਪਣੀ ਬੱਚੀ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਪਰ ਅਜਿਹਾ ਅਕਸਰ ਨਹੀਂ ਹੁੰਦਾ ਕਿਉਂਕਿ ਉਹ ਲੰਡਨ ਦੇ ਵਿੱਚ ਰਹਿੰਦੀ ਹੈ। ਆਪਣੀ ਧੀ ਦੇ ਨਾਲ ਰਿਸ਼ਤੇ ਬਾਰੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਆਪਣੀ ਧੀ ਦੇ ਨਾਲ ਰਿਸ਼ਤਾ ਬਹੁਤ ਹੀ ਦੋਸਤਾਨਾ ਹੈ। ਹਾਲ ਫਿਲਹਾਲ ਹੀ ਹੁਣ ਬਾਦਸ਼ਾਹ ਵੱਲੋਂ ਸਾਂਝਾ ਕੀਤੀ ਗਈ ਇਸ ਵੀਡੀਓ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਨੂੰ ਉਹਨਾਂ ਦੀ ਬੇਟੀ ਦਾ ਕਿਊਟ ਅੰਦਾਜ਼ ਬੇਹੱਦ ਭਾ ਰਿਹਾ ਹੈ।